ਡੈਡ ਬਾਈ ਅਮੇਤ ਸਿਵਾ ਪਠਾਨ ਭਾਈ ਐਕਸਟਰਾ ਖਿਲਾੜੀ ਬਾਕਸ ਮੇ ਚਲੇ ਜਾਏ ਭਾਈ ਅਮੇਤ ਸਿਵਾ ਪਠਾਨ ਕੀ ਪਹਿਲੀ ਰੈਡ ਹੈ ਭਾਈ ਸਾਹਮਣੇ ਮਨੀਸ਼ ਮਾਨਪੁਰਾ ਔਰ ਮਨੋਹਰਪੁਰ ਕੇ ਮੈਚ ਭਾਈ ਔਰ ਮਨੀਸ਼ ਮਾਨਪੁਰਾ ਬੱਲੇ ਪਠਾਨ ਫੌਜੀ ਸਾਹਿਬ ਹਮਾਰੇ ਬੀਚ ਮੇ ਨਵੀਨ ਡਾਂਡਾ ਜੀ ਪਠਾਣਾ ਸੇ ਜੋ ਸੁਰੇਸ਼ ਦਲਾਲ ਡੀ ਪੀ ਜਾਟ ਸਕੂਲ ਕੇ ਬੜੇ ਅੱਛੇ ਜਿਗਰੀ ਦੋਸਤ ਹੈ ਖੇਲ ਕਲਬ ਕੋ ਸ਼ੁਭ ਸੰਦੇਸ਼ ਦੇ ਰਹੇ ਭਾਈ ਨਵੀਨ ਡਾਂਡਾ ਜੀ ਕਿਠਾਣਾ ਸੇ ਬਹੁਤ ਅੱਛੇ ਦੋਸਤ ਹੈ ਭਾਈ ਸੁਰੇਸ਼ ਦਲਾਲ ਜੀ ਆਪਕੋ ਵੀ ਵਧਾਈ ਦੇ ਰਹੇ ਆਪਕੇ ਮਿੱਤਰ ਬਿਲਕੁਲ ਸਿੱਧੇ ਲਾਈਵ ਸੇ ਜੁੜੇ ਹੋਏ ਬਿਲਕੁਲ ਧੰਨਵਾਦ ਕਰਦੇ ਡਾਂਡਾ ਸਾਹਿਬ ਇਸ ਲੜਕੀ ਨੇ ਰੇਸ ਲਗਾ ਦੀ ਹੈ ਜੋ ਵੀ ਦਾਨੀ ਸੱਜਣੀ ਇਸਕੋ ਮਾਨ ਸਮਾਨ ਕਰਨਾ ਚਾਹਤਾ ਹੈ ਵੋ ਕਰ ਸਕਤਾ ਹੈ ਹਾਂ ਜੀ ਬਿਲਕੁਲ ਨਿਸ਼ਾ ਕੈਥਲ ਨੇ ਜੋ ਦੌੜ ਲਗਾ ਦੀ ਹੈ ਬੇਟੀ ਬਚਾਓ ਬੇਟੀ ਪੜਾਓ ਕਮੇਟੀ ਔਰ ਦਰਸ਼ਕ ਜੋ ਸਮਾਨ ਕਰਨਾ ਚਾਹਤੇ ਹੈ ਸੋਨੋ ਜਾਡਲੇ ਨੰਨਾ ਸਿੰਘ ਵਾਗੋ ਕੈਚ ਕਾ ਪ੍ਰਿਆ ਸੁਰੇਸ਼ ਜੀ ਸੋਨੋ ਜਾਡਲੇ ਦਮਦਾਰ ਕੈਚ ਬਾਈ ਪੁਆਇੰਟ ਗੋਰਖਪੁਰ ਕੇ ਖਾਤੇ ਮੇ ਬਹੁਤ ਹੀ ਅੱਛਾ ਮੁਕਾਬਲਾ ਔਰ ਰੈਡ ਬਾਗ ਹੈ ਭਾਈ ਮੋਪਲੂ ਗੋਰਖਪੁਰੀਆ ਰਣਵੀਰ ਸਿਵਾ ਚੁਰਫ ਮੋਪਲੂ ਸਾਹਮਣਾ ਕਰੇਗੇ ਮਨੋਹਰਪੁਰ ਕੇ ਚਾਰ ਕੈਚਰ ਮਨੋਹਰਪੁਰ ਕੀ ਤਰਫ ਸੇ ਰੈਡ ਹੈ ਭਾਈ ਔਰ ਇਸ ਟੂਰਨਾਮੈਂਟ ਮੈਂ ਟੋਟਲ 40 ਟੀਮੋ ਨੇ ਹਿੱਸਾ ਲਿਆ ਭਾਈ ਆ ਮਿੰਨੀ ਓਪਨ ਕੇ ਖੇਲ ਹੈ ਕੁਛ ਟੀਮੇ ਵਹਾਂ ਪਹੁੰਚੀ ਹੋਈ ਜੋ ਉਭਰਤੀ ਹੋਈ ਟੀਮੇ ਹੈ ਯਹਾਂ ਸਾਰੀ ਕੀ ਸਾਰੀ ਹੈਵੀ ਵੇਟ ਕੀ ਦਮਦਾਰ ਟੀਮੇ ਪਹੁੰਚੀ ਹੈ ਭਾਈ ਕੁਆਲਿਟੀ ਔਰ ਕੁਆਂਟਿਟੀ ਦੋਨੋਂ ਹੈ ਬਸ 40 ਟੀਮੇ ਕਮ ਨਹੀਂ ਹੋਤੀ ਲੇਕਿਨ ਫਿਰ ਵੀ ਹਮਾਰਾ ਆਸ਼ਵਾਸਨ ਹੈ ਆਪਕੋ ਹਮ ਲਗਭਗ 10 ਵਜੇ ਤੱਕ 10:30 ਵਜੇ ਤੱਕ ਫਾਈਨਲ ਕਰਾ ਦੇਂਗੇ ਭਾਈ ਅਨਿਲ ਮਨੋਹਰਪੁਰ ਕੀ ਰੈਡ ਹੈ ਭਾਈ ਸਾਹਮਣੇ ਗੋਰਖਪੁਰ ਕੇ ਚਾਰ ਕੈਚਰ ਜਿਨ ਮੈਂ ਪ੍ਰਵੀਨ ਕੁੰਭਾ ਸ਼ਾਮਿਲ ਹੈ ਔਰ ਇਹ ਅਮਰਜੀਤ ਅਨਿਲ ਪੁਆਇੰਟ ਮਨੋਹਰਪੁਰ ਕੇ ਖਾਤੇ ਮੈਂ ਅਨਿਲ ਕੇ ਖਾਤੇ ਮੈਂ ਔਰ ਰੈਡ ਪਾ ਗਿਆ ਭਾਈ ਪਠਾਨ ਪੂਰੇ ਆਫ ਸੀਜ਼ਨ ਮੈਂ ਇਸ ਖਿਲਾੜੀ ਨੇ ਕੋਲਹਾਪੁਰ ਕੀ ਧਰਤੀ ਮੈਂ ਤਿਆਰੀ ਕੀ ਹੈ ਇੱਕ ਕੈਂਪ ਲਗਾਇਆ ਥਾ ਕੋਲਹਾਪੁਰ ਮੈਂ ਇਸਕੇ ਸਾਥ ਭਾਈ ਚਾਹੇ ਸੰਨੀ ਕੀ ਬਾਤ ਹੋ ਚਾਹੇ ਅਮਰਜੀਤ ਕੀ ਬਾਤ ਹੋ ਚਾਹੇ ਪ੍ਰਵੀਨ ਕੁੰਭਾ ਕੀ ਬਾਤ ਹੋ ਇਹ ਸਾਰੇ ਕੇ ਸਾਰੇ ਖਿਲਾੜੀ ਕੋਲਹਾਪੁਰ ਮੈਂ ਤਿਆਰ ਕਰਕੇ ਤਿਆਰੀ ਕਰਕੇ ਆਏ ਭਾਈ ਔਰ ਦੇਖੀਏ ਮਨੀਸ਼ ਪਠਾਨ ਮਾਨਪੁਰਾ ਹਰਿਆਣਾ ਭਾਈ ਔਰ ਹਰਿਆਣਾ ਯੁਵਾ ਸੰਘ ਕੀ ਤਰਫ ਸੇ ਭਾਈ ਜਿਤਨੇ ਹਮਾਰੇ ਪਦਾਧਿਕਾਰੀ ਪਹੁੰਚੇ ਹੈ ਚਾਹੇ ਭਾਈ ਅਨਿਲ ਦਈਆ ਕੀ ਬਾਤ ਹੋ ਚਾਹੇ ਭਾਈ ਪਵਨ ਦਈਆ ਕੀ ਬਾਤ ਹੋ ਚਾਹੇ ਭਾਈ ਬਬਲੂ ਕੀ ਬਾਤ ਹੋ ਚਾਹੇ ਭਾਈ ਸੁਭਾਸ਼ ਦਲਾਲ ਕੀ ਬਾਤ ਹੋ ਹਮਾਰੇ ਸਭੀ ਸਾਥੀਓ ਦਾ ਧੰਨਵਾਦ ਹੈ ਔਰ ਮੇਰੇ ਭਾਈ ਦੀਪਕ ਕਾ ਧਿਆਨ ਸਭੀ ਕਾ ਬਹੁਤ ਬਹੁਤ ਧੰਨਵਾਦ ਔਰ ਭਾਈ ਇਸੀ ਟੀਮ ਕਾ ਹਿੱਸਾ ਹੈ ਮੇਰੇ ਭਾਈ ਕਾਲਾ ਪਹਿਲਵਾਨ ਜੀਤੂ ਰਫ ਕਾਲਾ ਰੇਡੂ ਦੇਖੇ ਜਿਨ੍ਹਾਂ ਨੇ ਖੇਲ ਆਯੋਜਕ ਸਾਥੀ ਔਰ ਇਹ ਸ਼ਾਨਦਾਰ ਕੈਚ ਕਾ ਪ੍ਰਯਾਸ ਪ੍ਰਵੀਨ ਕੁੰਭਾ ਨੰਨਾ ਸਿੰਘਵਾ ਕੋ ਲਗਾਤਾਰ ਦੂਸਰੀ ਕੈਚ ਔਰ ਦੇਖੀਏ ਹਮਾਰੇ ਬੀਚ ਮੇ ਰਘਵੀਰ ਸਿੰਘ ਜੀ ਸਪੁੱਤਰ ਲੈਣਾ ਗਾਓ ਲੋਚਬ ਹਮਾਰੇ ਖੇਲ ਕਲਬ ਕੋ 2100 ਰੁਪਏ ਕੀ ਧਨਰਾਸ਼ੀ ਪ੍ਰੋਤਸਾਹਨ ਕੇ ਰੂਪ ਮੇ ਦੇ ਰਹੇ ਮਾਨਯ ਰਘਵੀਰ ਸਿੰਘ ਜੀ ਸਪੁੱਤਰ ਲਹਿਣਾ ਰਾਮ ਜੀ ਗਾਓ ਲੋਚਬ ਜ਼ਿਲ੍ਹਾ ਜੀ ਦੀ 2100 ਰੁਪਏ ਕੀ ਧਨਰਾਸ਼ੀ ਭਾਈ ਦਰਸ਼ਕ ਸਾਥੀਓ ਇਸਾ ਮੈਚ ਆ ਜਾ 10,000 ਕੀ ਟਿਕਟ ਪੈ ਦੇਖਿਆ ਜਾ ਜੇ ਵੀ ਕੋਈ ਨੁਕਸਾਨ ਨਹੀਂ ਹੈ ਗੋਰਖਪੁਰ ਮਨੋਹਰਪੁਰ ਮਨੀਸ਼ ਮਾਨਪੁਰਾ ਰਘਵੀਰ ਸਿੰਘ ਔਰ ਮੋਪਲੂ ਕੋ ਸ਼ਾਨਦਾਰ ਕੈਚ ਭਾਈ ਲਗਾਤਾਰ 2 ਕੈਚ ਮਨੀਸ਼ ਮਾਨਪੁਰਾ ਕਾ ਕਹਿਰ ਜਾਰੀ ਹੈ ਭਾਈ ਔਰ ਅਬ ਰੈਡ ਬਚ ਲਿਆ ਅਨਿਲ ਅਨਿਲ ਮਨੋਹਰਪੁਰ ਦਲਸ਼ੇਰ ਰੇਡੂ ਭਾਈ ਜੀ ਕੀ ਤਰਫ ਸੇ ਮਨੀਸ਼ ਮਾਨਪੁਰਾ ਕੀ ਇਸ ਕੈਚ ਪੇ 100 ਰੁਪਏ ਸੇ ਮਾਨ ਸਮਾਨ ਹੈ ਭਾਈ ਔਰ ਜਿਸ ਲੜਕੀ ਨੇ ਬੇਟੀ ਬਚਾਓ ਬੇਟੀ ਪੜਾਓ ਕੀ ਦੌੜ ਲਗਾਈ ਥੀ ਉਹ ਮੈਂ ਦਰਸ਼ਕਾਂ ਸਾਹਮਣੇ ਚੱਕਰ ਲਗਾ ਰਹੀ ਹੈ ਕੋਈ ਭਾਈ ਅਗਰ ਮਾਨ ਸਮਾਨ ਕਰਨਾ ਚਾਹਤਾ ਹੈ ਤੋ ਇਸ ਬੱਚੀ ਕੋ ਜ਼ਰੂਰ ਸਮਾਨਿਤ ਕਰੇ ਭਾਈ ਸੋਨੂੰ ਜਾਣ ਲਈ ਔਰ ਰੈਫਰੀ ਕਾ ਫੈਸਲਾ ਡਬਲ ਟੱਚ ਦੇ ਦਿਆ ਹੈ ਰੈਫਰੀ ਨੇ ਪੁਆਇੰਟ ਭਾਈ ਅਨਿਲ ਆਪਣੇ ਪਾਲੇ ਮਾ ਜਾ ਤੂੰ ਅਨਿਲ ਆਈਏ ਭਾਈ ਚਲ ਭਾਈ ਰੈਡ ਪੈ ਪਠਾਨ ਭਾਈ ਰਿਊ ਨਹੀਂ ਹੈ ਰੈਫਰੀ ਰਿਊ ਹੈ ਮੈਚ ਕਰਾਓ ਜੀ ਹਾਂ ਬਿਲਕੁਲ ਭਾਈ ਪਠਾਨ ਰੇਡ ਲਗਾ ਔਰ ਚਲ ਭਾਈ ਪਠਾਨ ਰਿਵੂ ਜੱਜ ਕੀ ਇੱਜ਼ਤ ਕਰੋ ਰਿਵੂ ਕੀ ਕੋਈ ਸੁਵਿਧਾ ਨਹੀਂ ਸਫੇਦੀ ਵਾਲਾ ਸਪੇਦੀ ਡਾਲ ਦੇ ਪਠਾਨ ਸਫੇਦੀ ਵਾਲਾ ਸਪੇਦੀ ਡਾਲ ਦੇ ਰੈਫਰੀ ਆਪ ਆਪਣੇ ਗੁਰੂਆਂ ਪਰ ਵਿਸ਼ਵਾਸ ਕਰੇ ਭਾਈ ਕਮੇਟੀ ਨੇ ਪਹਿਲੇ ਕਹਿ ਦਿਆ ਰਿਵੂ ਕਾ ਮਤਲਬ ਹੈ ਰਾਤ ਕਰਨਾ ਔਰ ਰਾਤ ਨਹੀਂ ਕਰਨਾ ਚਾਹਤੇ ਭਾਈ 11 ਵਜੇ ਤੱਕ ਹਰ ਹਾਲ ਮੇ ਖੇਲ ਮੇਲਾ ਖਤਮ ਹੋਗਾ ਕਿਉਂਕਿ ਚੁਣਾਵੀ ਸੀਜ਼ਨ ਹੈ ਔਰ ਪ੍ਰਸ਼ਾਸਨ ਕੀ ਤਰਫ ਸੇ ਸਿਰਫ 10:30 ਵਜੇ ਤੱਕ ਕੀ ਅਨੁਮਤੀ ਹੈ ਭਾਈ ਇਸ ਲਈ ਮੈਚ ਟੱਚ ਸਕੋਰ ਕੇ ਕਰਾਏ ਜਾ ਰਹੇ ਹੈ ਔਰ ਨਾ ਤਾਂ ਭਾਈ ਫਿਰ ਇਹ ਖੇਲ ਤੜਕਾ ਹੋਗੇ ਫਿਰ ਤਾਂ ਹਮਨੇ ਕਹੋਗੇ ਮਨੋਹਰਪੁਰ ਵਾਲਿਆਂ ਨੇ ਟੈਸਟ ਬਣਾ ਦਿਆ ਲੁੱਚ ਵਾਲਿਆਂ ਨੇ ਹਾਂ ਆਪ ਦੇਖੀਏ ਭਾਈ ਨੰਨਾ ਸਿੰਘ ਵਾ
नन्ना गिरड़ है और लोचम की पावन पवित्र धरती भाई ए बल्ले 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 लगातार तीन कैच भाई नन्ना सिंगवा को तीन कैच होगी इस मैच में। रेड बचल भाई मोपलो गोरखपुरिया हरियाणा प्रदेश की पहली ऐसी टीम है भाई जिसके तीन खुद के मजबूत रेडर हैं गोरखपुर, चाहे सुनील की बात हो, चाहे पठान की बात हो और चाहे भाई मोपलो गोरखपुर की बात हो। देखिए शानदार मुकाबला और ये मनीष मानपुरा चार खिलाड़ियों में मनीष शामिल है। मोपलो मनीष मोपलो ले ताड़ी ताड़ियां तो बात नहीं बनेगी। हरियाणा की किलकी भी मशहूर है दर्शकों से मैच में मजा आ रहा हो तो एक हरियाणा की किलकी आ दो। ये देखिए भाई अनिल मनोहरपुर आ गया भाई गज छोड़ी छाती है सुपरस्टार की और अभी तक नॉन स्टॉप खेल रहा है मनोहरपुर के लिए भाई। इस खिलाड़ी की एक बात मैं तारीफ करूंगा, जहां भी मनोहरपुर के आसपास खेल हुए हैं दमदार टीम उतारी है। चाहे भाई ओहो चाहे कंडेला की खेल मेला हो, चाहे भाई लोचम का खेल मेला हो, चाहे मनोहरपुर का खेल मेला हो, बड़े बड़े खिलाड़ी शामिल किए हैं आज मनीषपुरा और नन्ना सिंगवा भाई। मिंटू दिल्ली पुलिस है जो जीतू रफकाड़ा के मामा के लड़के हमारे बीच में दिल्ली पुलिस के जवान हैं और भाई मिंटू आपका स्वागत है, अभिनंदन अभिवादन। पिछले राइड पे भाई तलशेर रेटू की तरफ से अनिल पंजेठा मनोहरपुर को 100 रुपए भाई और मनीष पठान पठान मनीष कबड्डी मनीष मानपुरा ले भाई मनीष तेरे पिछली कैच पे थे तलशेर रेटू के 100 रुपए और अनिल अनिल भाई आपके और मनीष के 100-100 रुपए हैं दलशेर रेड्डू की तरफ से। हाँ और भाई देखिए नन्ना सिंगवा कबड्डी का सुपरस्टार मनदीप नारू उर्फ नन्ना सामने सोनू जानली प्रवीण कुंभा हरियाणा प्रदेश के दो बड़े स्टार शामिल किए भाई। तीन कैच लगा दिए लेकिन मनीष मानपुरा 4 कैच लगा के खेल रहा है अकेला। सोनू 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 कबड्डी 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 भाई खेला मैं खेल कबड्डी रहे हो सबके बस की बात नहीं। और भाई दर्शकों ने मान लो बहुत ही हाई वोल्टेज मैच और रेड भाई सुनील सुनील गोरखपुरिया सामने तीन का शर्मा नौरपुर के चौथा मनीष मानपुरा ओ पल्ले ये है भाई दमदार रेडर भाई सुनील गोरखपुर भाई ये एक्स्ट्रा खिलाड़ी यार रेडर बॉक्स में हो जाओ और जो अगली टीम में गया रहेंगे बाहर हो जाओ भाई। अगली टीम का कोई भी प्लेयर अंदर नहीं आना चाहिए भाई। और फिर रेड भाई अनिल पंजेठा अनिल मनोहरपुर एक दमदार ताकतवर खिलाड़ी नॉन स्टॉप प्रवीण कुंभा प्रवीण कुंभा प्रवीण अनिल लंबी तगड़ी गठिया खिलाड़ी है प्रवीण और अनिल मनोहरपुर 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 मनोहरपुर। अब रेड पे है भाई सुपरस्टार मोपलो गोरखपुरिया मैच भाई दिल के कमजोर मरीजों के लिए खतरनाक मैच है। ये बल्ले 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 कोशिश गोरखपुर का रथ रोक दिया भाई नुमाले मोपलो गोरखपुर को कैच लगाई है नन्ना मनोहरपुर ने। नवनीत नवनीत अमरजीत अमरजीत नवनीत आहो ना भाई तीस सेकंड कबड्डी 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 अमरजीत नवनीत अब दिल्ली दूर होगी 30 सेकंड कबड्डी 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 ले भाई दर्शक साथियों यो मैच कैसा बचाल पड़ा है। हाँ जी दोनों फिलहाल स्कोर है 9 और 9.5 साढ़े नौ गोरखपुर 9 मनोहरपुर 9 और 9.5
साढ़े 13-14 का मैच है, दोनों तरफ से पांच पांच कैच है इस मैच में। और देखिए सुनील गोरखपुर फिर रेड पे है, एक बहुत ही खतरनाक मैच और पॉइंट सुनील के खाते में भाई, बिल्कुल मैच जिताओ रेड लगा दी है स्टार ने। अब दारमदार अब है सोनू कुंभ अब है और भाई टाइम आउट दे लिया जानदी ने, सोनू जानदी ने हाँ टाइम आउट मांग रहे हैं जी। कोच साहब टाइम आउट है या नहीं है बताइयो, गोरखपुर नहीं ठाटा मैच लग रहा है जी, टाइम आउट दो दोनों टीम ने एक एक गए एक एक टाइम आउट, कई बार नियम तबार की भी बात करनी पड़ती है, 13-14 कभी कभी लगता है। हाँ जी और देखिए भाई आज मैं तारीफ करना चाहूंगा भाई अनिश खटखड़ की, बिल्कुल उच्च कोटि का साउंड लगाया भाई ने लोत्सव के खेल मैदान पे, और लाइटें भी भाई बिल्कुल उच्च कोटि की, जमानो मान ले रात में दिन काट दिया है। 10:30 गोरखपुर और 9 मनोरपुर ये मैच चला हुआ दोस्तों, अगर मनोरपुर जीतेगी तो 14 अंक बनाने पड़ेंगे, अगर गोरखपुर जीतेगी तो 13.5 में काम चल जाएगा। रेड कराओ जी, टाइम आउट का समय समाप्त हुआ, मनोरपुर का रेड रेड पर आ जाए। मनो अनिल पंजेठा 6'2" की हाइट का खिलाड़ी, 112 किलोग्राम वजन। टाइम आउट समाप्त होगा भाई अनिल मनोरपुर भाई, दर्शकों जोर की किलकी आन दो, मैच ढीला ना पड़न दो। अनिल मनोरपुर 10:30-9 का मैच चल रहा है भाई, और सोनू जानले फोर्ड ट्रैक्टर विजेता, सोनू जानले बल्ले 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 बल्ले। पठान आ गया रेड पे, और वह जुलेडा गांव की जिला जींद की खेल समिति लोत्सव गांव को शुभकामनाएं दे रही भाई नीपू जुलेडा रामफल में, बहुत 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 धन्यवाद। और रेड पे भाई नन्ना सिंहवा राघो, एक दमदार स्टार रेडर भाई, देखते हैं कौन कैच का प्रयास करेगा मनदीप नन्ना को। और कॉर्नर पे अमरजीत गोरखपुर को टच कर दिया है पॉइंट नन्ना सिंहवा को, और ये है भाई इस मैच का फिलहाल अभी तक का यहाँ में स्कोर आ गया तो मैच समाप्ति हो सकता है, 12:30 का स्कोर चला हुआ है, बिल्कुल है। ये मैच विनर रेड हो सकती है भाई इसे सुनील गोरखपुर की, एक दमदार खिलाड़ी, और सामने देखिए भाई बीच में अटैक कर दिया है, मैच समाप्त हुआ, गोरखपुर 13.5 मनोरपुर 10 भाई, देखो अरजीत कोई मायने रखती नहीं मैच में, मजा पूरी पब्लिक ताड़ी मारो एक बार मैच में मजा आया हो तो, बहुत तगड़ा मैच खेला मनोरपुर ने, हार जीत किस्मत का खेल है, दोनों तरफ से 5 कैच लगाए मनोरपुर ने और 6 लगाए भाई गोरखपुर ने, 6 कैच लगा के जीता है। और अब मैच है भाई लाला खेडली वर्सेज मान गाबरू शेरा का हो खेल कबड्डी, मान गाबरू शेरा का हो खेल कबड्डी।